ਅਸੀਂ ਸੋਚਦੇ ਸੀ ਸਜਾਨ ਚੰਦ ਤੁਹਾਡੇ ਦਰਸ਼ਨ ਨਹੀਂ ਕਰਨੀ ਜਾਂਦਾ। ਕਹਿੰਦੇ ਨਹੀਂ ਸਕਦੇ, ਸਜਾਨ ਚੰਦ ਦਾ ਬਰਾਗ ਹੀ ਹੋ ਗਿਆ ਹੈ, ਇਹਦੇ ਬਰਾਗ ਨੇ ਸਾਨੂੰ ਖਿੱਚ ਕੇ ਇੱਥੇ ਲੈ ਕੇ ਆਉਂਦਾ। ਤੇ ਉੱਥੇ ਫਿਰ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ, ਕਹਿੰਦੇ ਸਜਾਨ ਚੰਦਾ ਤੇਰਾ ਲੋਕ ਤੇ ਪ੍ਰਲੋਕ ਸਵਾਰ ਗਿਆ, ਤੇਰੀ ਸੇਵਾ ਸਫਲ ਹੋ ਗਈ ਹੈ, ਤੂੰ ਘਰ ਨੂੰ ਜਾ ਸਕਦਾ। ਸਜਾਨ ਚੰਦ ਕਹਿੰਦੇ ਆਪਣੇ ਘਰ ਗਿਆ, ਘਰ ਜਾ ਕੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆਨੰਦਪੁਰ ਪਹੁੰਚ ਜਾਂਦਾ ਤੇ ਸਾਰਾ ਪਰਿਵਾਰ ਖੰਡੇ ਬਾਟੇ ਦੀ ਪੌੜ ਲੈ ਕੇ ਅੰਮ੍ਰਿਤ ਛਕ ਕੇ ਭਾਈ ਸੁਜਾਨ ਚੰਦ ਤੋਂ ਸੁਜਾਨ ਸਿੰਘ ਸਜ ਜਾਂਦਾ ਹੈ। ਉਹ ਗੁਰਮੁਖ ਕੋਲੇ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭੇਜਿਆ ਹੈ, ਭਾਈ ਭਠਾਰੀ ਜੀ ਗੁਰਮੁਖ ਹੋਈ ਹੋਈ ਤੇ ਗੁਰਮੁਖ ਕੌਣ ਨੇ? ਸੋ ਗਿਰ ਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਵਿਛਾਣਿਆ। ਉਹ ਹਲਦਾ ਮੁੱਠਾ ਫੜੀ ਫਿਰਦਾ ਖੇਤਾਂ ਵਿੱਚ ਵੀ ਹੋ ਸਕਦਾ ਹੈ, ਉਹ ਕਿਤੇ ਕਚਹਿਰੀ ਦੇ ਵਿੱਚ ਬੈਠਾ ਪੈਂਟ ਕੋਟ ਪਾ ਕੇ ਵੀ ਹੋ ਸਕਦਾ। ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਦੀ ਕੋਈ ਡੈਫੀਨੇਸ਼ਨ ਇਹੋ ਜਿਹੀ ਨਹੀਂ ਵੀ ਕੋਈ ਭੇਜ ਹੈ ਗੁਰਮੁਖ ਦਾ। ਅਸੀਂ ਅੱਜ ਇੰਨੇ ਕੁ ਦਾਇਰੇ ਵਿੱਚ ਗੁਰਮੁਖ ਮੰਨੀ ਬੈਠੇ ਹਾਂ ਵੀ ਕਿਤੇ ਗੁਰਮੁਖ ਦਾ ਕੋਈ ਲਿਬਾਸ ਹੈ? ਨਹੀਂ ਨਹੀਂ। ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਦਮਦਮੇ ਦੀ ਧਰਤੀ ਤੇ ਜਾ ਕੇ ਦੱਸਦਾ ਸਿੱਖ ਕਹਿੰਦਾ ਮਹਾਰਾਜ ਕਪੂਰੇ ਨੂੰ ਜਦੋਂ ਸ਼ਾਹਕੋਟ ਕੋਟ ਇਸੇ ਖਾਂ ਲੈ ਗਿਆ, ਇਸੇ ਖਾਂ ਇੱਥੋਂ ਫੜ ਕੇ ਲੈ ਗਿਆ, ਬੰਨ ਕੇ ਲੈ ਗਿਆ ਤੇ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਕਹਿੰਦੇ ਇਹਨੂੰ ਆਪਾਂ ਉੱਤੇ ਕੀ ਮੱਕੀ ਬਦਲਾਉਣੀ, ਕੀ ਕਰਵਾਉਣਾ ਤੂੰ? ਕਹਿੰਦੇ ਮਹਾਰਾਜ ਕੀ ਕਰੀਏ ਇਹਦੇ ਨਾਲ? ਕਹਿੰਦੇ ਉਹਨੂੰ ਦਰਖਤ ਨਾਲ ਬੰਨ ਲਿਆ ਤੇ ਬੰਨ ਕੇ ਕਹਿੰਦੇ ਇਹਨੂੰ ਮਾਰ। ਤੇ ਜਦੋਂ ਮਾਰਨ ਲੱਗੇ ਨਾ, ਅਜੇ ਸ਼ਹਿਰ ਵਿੱਚ ਬੈਠੇ ਅਸੀਂ, ਜਿਸ ਸ਼ਹਿਰ ਦਾ ਨਾਮ ਹੈ ਕੋਟ ਕੋਟ ਕਪੂਰਾ, ਕਹਿੰਦੇ ਕਪੂਰਾ ਕਹਿਣ ਲੱਗਾ ਇੱਕ ਕੰਮ ਕਰੋ, ਮੇਰੇ ਗੁਰੂ ਦਾ ਬਚਨ ਹੈ ਵੀ ਮੈਨੂੰ ਮਾਰਨ ਤੋਂ ਪਹਿਲਾਂ ਮੇਰੇ ਮੁੱਖ ਤੇ ਗੰਦਗੀ ਦਾ ਪੋਬਰਾ ਹੋ ਦਿਓ। ਕਹਿੰਦੇ ਕਿੱਡਾ ਕੰਮ ਹੈ, ਗੰਦਗੀ ਦਾ ਤੋਬਰਾ ਲਿਆਂਦਾ ਤੇ ਕਹਿੰਦੇ ਕਪੂਰੇ ਦੇ ਮੁੱਖ ਤੇ ਬੰਨ ਕੇ ਮਹਾਰਾਜ ਮਾਰਿਆ ਹੋਇਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਦਮਦਮੇ ਦੀ ਧਰਤੀ ਤੇ ਬੈਠੇ ਮੁਸ਼ਕਰਾ ਉੱਤੇ ਹੱਸੇ, ਹੱਸ ਕੇ ਕਹਿਣ ਲੱਗੇ ਸਿੱਖਾ ਤੈਨੂੰ ਪੱਟਾ ਪਤਾ ਵੀ ਇਹ ਗੱਲ ਕਹੀ ਕਪੂਰੇ ਨੇ? ਕਹਿੰਦੇ ਹਾਂ ਮਹਾਰਾਜ ਕਹੀ। ਕਹਿੰਦੇ ਫਿਰ ਜੇ ਉਹਨੇ ਸਾਨੂੰ ਅੰਤ ਸਮੇਂ ਵੀ ਸਾਡੇ ਵਚਨਾਂ ਤੇ ਵਿਸ਼ਵਾਸ ਰੱਖਿਆ ਨਾ, ਲੈ ਕਪੂਰਿਆ ਕਹਿੰਦੇ ਤੇਰਾ ਲੋਕ ਤੇ ਪ੍ਰਲੋਕ ਸਵਾਰ ਦਿੰਦੇ ਆ। ਸਤਨਾਮ ਸ੍ਰੀ ਗੁਰੂ। ਐਡੇ ਦਿਆਲੂ ਕਿਰਪਾਲੂ ਪਾਤਸ਼ਾਹਾਂ ਦੇ ਪਾਤਸ਼ਾਹ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਸਜਾਨ ਚੰਦ ਦਾ ਲੋਕ ਤੇ ਪ੍ਰਲੋਕ ਸਵਾਰ ਦਿੱਤਾ।
¡Gracias!
ਜਿਹੜੇ ਮੇਰੇ ਵਰਗੇ ਲੇਵਲ ਲਾਈ ਕਰਦੇ ਨੇ, ਸਰਟੀਫਿਕੇਟ ਲਾਈ ਕਰਦੇ ਨੇ, ਬ੍ਰਹਮ ਦਾ ਗਿਆਨ ਸਨ। ਕਹਿੰਦੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ ਹੈ। ਕੀ ਮਹਾਰਾਜ ਚਲਤ? ਕਹਿੰਦੇ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਏ, ਮਾਟੀ ਮਾਟੀ ਹੋਈ ਏਕ, ਰੋਣਕੀ ਸ਼ਬਦ ਸੁਰਤ ਨਹੀਂ ਉਪਜੀ, ਕਿੰਕ ਤੇਜ ਸਭ ਲਿਮਨਾ, ਬਾਬਾ ਬੋਲਤੇ ਤੇ ਕਹਾਂ ਗਈ, ਦੇਹੀ ਕੇ ਸੰਗ੍ਰਹਿਤੇ ਸੁਰਤ ਮਾਹੀ ਨੂੰ ਨਿਰਤੇ ਕਰਦੇ ਕਥਾ ਦਾਲ ਤੱਕੇ ਤੇ। ਕਹਿੰਦੀ ਇਸੇ ਤਰ੍ਹਾਂ ਹੀ ਬਾਬਾ ਵਸਾਵਾ ਸਿੰਘ ਜੀ ਜਿਹੜੇ ਕਿ ਅੰਮ੍ਰਿਤ ਵੇਲੇ 4 ਵਜੇ ਉੱਠ ਟਾਈਮ ਦੇਖਦੇ ਨੇ ਤੇ ਕਹਿੰਦੇ ਅਜੇ ਤੱਕ ਕਾਫੀ ਸਮੇਂ ਹੁੰਦੇ, ਹੋਰ ਖੈਰ ਹੈ। 5 ਵਜੇ ਗੱਡੀ ਦੇ ਵਿੱਚ ਆਪ ਜਾਂਦੇ ਨੇ ਬੈਠ ਕੇ ਡਾਕਟਰ ਦੇ ਕੋਲ ਤੇ ਭਾਈ ਸਾਹਿਬ ਜੀ ਨੇ ਦੱਸ ਰਹੇ ਸਨ, ਕਹਿੰਦੇ ਗੱਲਾਂ ਕਰਦਿਆਂ ਕਰਦਿਆਂ ਕਿਸੇ ਤਰ੍ਹਾਂ ਦਾ ਕੋਈ ਚਿੱਤ ਚੇਤਾ ਨਹੀਂ ਸੀ, ਕਿਉਂਕਿ ਹਮ ਆਦਮੀ ਹਾਂ ਇੱਕ ਦਮੀ, ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਗੱਲਾਂ ਕਰੀਏ, ਗੁਰੂ ਨਾਲ ਬਾਤਾਂ ਕਰੀਏ ਤੇ ਗੁਰੂ ਸਾਹਿਬ ਦੱਸਦੇ ਵੀ ਸਾਡੀ ਪਾਈ ਪਾਇਆ ਕਿ ਨਹੀਂ ਦੱਸੀ ਮਿਲਦੀ। ਹਮ ਆਦਮੀ ਹਾਂ ਇੱਕ ਦਮੀ, ਉਹ ਦਮ ਦੀ ਮੋਹਲਤ ਕਿੰਨੀ ਕਹਿੰਦੇ ਮੋਹਲਤ ਮੋਹਤ ਨਾ ਜਾਣਾ, ਕਹਿੰਦੇ ਮੈਂ ਉਹਦੀ ਕੋਈ ਮੋਹਲਤ ਨਹੀਂ ਜਾਣਦਾ, ਪਰ ਇੱਕ ਗੱਲ ਚੇਤੇ ਰੱਖਿਓ, ਨਾਨਕ ਬਿਨਵੇਂ ਕਿਸੇ ਸੇਵੋ ਜਾਂ ਕੇ ਜੀ ਪੁਰਾਣਾ। ਨਾਲ ਲੋਕ ਸੁਖੀਏ ਪਰ ਲੋਕ ਸੁਖੀਲੇ, ਨਾਨਕ ਹਰਪ੍ਰਭ ਆਪੇ ਮਿਲੇ। ਤੇ ਕਿਸੇ ਨੇ ਮੇਰੇ ਵਰਗੇ ਨੇ ਸਵਾਲ ਕਰ ਦਿੱਤਾ, ਬਾਬਾ ਜੀ ਤੁਸੀਂ ਸੰਗਤ ਨੂੰ ਫਤਿਹ ਨਹੀਂ ਬਣਾਉਂਦੇ, ਤੁਸੀਂ ਬੈਠਣ ਲੱਗਿਆਂ ਵੀ ਦੀਵਾਨ ਦੇ ਵਿੱਚ ਇਹ ਗੱਲ ਕਰਦੇ ਹੋ ਤੇ ਉੱਠਣ ਲੱਗਿਆਂ ਵੀ। ਕਹਿੰਦੇ ਗੁਰਮੁਖਾ ਜਿੱਤੇ ਸਮਾਂ ਆ ਗਿਆ ਫਤਿਹ ਦਾ, ਉੱਤੇ ਫਤਿਹ ਬੁਲਾ ਦੇਵਾਂਗੇ ਅਖ ਸਤਨਾਮ ਸਿੰਘ। ਹੁਣ ਵੇਖੋ ਮਹਾਂਪੁਰਸ਼ਾਂ ਦਾ ਇਸ਼ਾਰਾ ਕੀ ਹੈ, ਪਰ ਉਹ ਜਿਹੜਾ ਪ੍ਰਸ਼ਨ ਕਰਨ ਵਾਲਾ ਸੀ, ਸਵਾਲ ਕਰਨ ਵਾਲਾ ਸਮਝ ਨਾ ਸਕਿਆ, ਕਾਫੀ ਸਮਾਂ ਲੰਘ ਗਿਆ ਅੱਜ ਦਿਨ ਤੇ ਉਸ ਤੋਂ ਬਾਅਦ ਅਸੀਂ ਕਦੇ ਸਟੇਜ ਤੇ ਨਹੀਂ ਨਜ਼ਰ ਆਵਾਂਗੇ। ਉਹ ਆਖਰੀ ਫਤਿਹ ਸੀ ਬਾਬਾ ਜੀ ਦੀ, ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰਬਾਣੀ ਨੂੰ ਅਸੀਂ ਫੜੀ ਫੜੀ, ਗੁਰਬਾਣੀ ਨੂੰ ਉਡਾਈਏ, ਗੁਰਬਾਣੀ ਨੂੰ ਬਚੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 4 ਅੰਗ ਜੇ ਅਸੀਂ ਰੋਜ਼ ਪੜ੍ਹੀਏ, 1 ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਂ ਸੰਪੂਰਨ ਪਾਠ ਕਰਕੇ ਭੋਗ ਪਾ ਸਕਦੇ ਹਾਂ। ਗੁਰਬਾਣੀ ਸਾਨੂੰ ਕਹਿੰਦੀ ਕਿਵੇਂ, ਗੁਰਬਾਣੀ ਸਾਨੂੰ ਉਪਦੇਸ਼ ਦੇ ਕੇ ਸਮਝਾਉਂਦੀ ਕਿਵੇਂ ਕਿਵੇਂ, ਗੁਰਬਾਣੀ ਦੁਆਰਾ ਬਾਬਾ ਕਬੀਰ ਸਿੰਘ ਜੀ ਕਹਿੰਦੇ, ਗਗਨ ਨਗਰ ਇੱਕ ਬੂੰਦ ਨਾ ਵਰਖੇ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੇ ਸਧਾਨਾ। ਪਾਰ ਬ੍ਰਹਮ ਪਰਮੇਸ਼ਰ ਨੇ ਇਸ ਜੀਵ ਰੂਪੀ ਪਰਮ ਹੰਸ ਨੂੰ, ਪਾਰ ਬ੍ਰਹਮ ਨੇ ਮਾਧੋ ਨੇ ਮਾਇਆ ਦੇ ਪਤੀ ਨੇ ਪਰਮ ਹੰਸ ਨੂੰ ਆਪਣੇ ਵਿੱਚ ਸਧਾ ਲਿਆ, ਆਪਣੇ ਵਿੱਚ ਸੱਦ ਲਿਆ। ਇੱਕ ਹੁੰਦੀ ਹੈ ਪੂਰਨ ਧਰਮ, ਪਰ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਨਾਮ ਦੇ ਰਸਵੀ ਹੁੰਦੇ ਨੇ, ਉਹਨਾਂ ਦੀ ਸੰਪੂਰਨਤਾ ਹੋ ਜਾਂਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੂਰਨਤਾ ਦਿਨ ਹੋਰ ਹੁੰਦਾ, ਇੱਕ ਹੁੰਦਾ ਸੰਪੂਰਨਤਾ ਦਿਨ, ਜਿਵੇਂ ਤਰਨਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਦੇਖੋ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ 5 ਮਹੀਨੇ ਤੇ 9 ਦਿਨ 9 ਘੜੀਆਂ ਦੇ ਵਿੱਚ ਲਿਖਵਾ ਕੇ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਸੰਗਤਾਂ ਨੂੰ ਸੁਣਾਈ। ਤੇ ਉੱਥੇ ਹੀ ਬਾਬਾ ਦੀਪ ਸਿੰਘ ਜੀ ਨੇ ਦਮਦਮੇ ਦੀ ਧਰਤੀ ਤੇ ਬੈਠ ਕੇ 4 ਸਰੂਪ ਆਪਣੇ ਹੱਥੀਂ ਲਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, 4 ਸਰੂਪ ਉਹ ਤਖਤਾਂ ਤੇ ਬਿਰਾਜਮਾਨ ਨੇ। ਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੱਗੇ ਦਾ ਸਫ਼ਰ ਹੈ, ਦੱਖਣ ਵੱਲ ਨੂੰ ਜਾਂਦੇ ਹਨ, ਸਿੱਖ ਸੰਗਤਾਂ ਨੂੰ ਤਾਰਦੇ ਜਾ ਰਹੇ ਹਨ। ਦਿੱਲੀ ਸਤਿਗੁਰੂ ਆਉਂਦੇ ਨੇ ਤੇ ਦਿੱਲੀ ਦੀਆਂ ਸੰਗਤਾਂ ਨੇ ਅੱਗੋਂ ਜਾ ਕੇ ਸਤਿਗੁਰਾਂ ਨੂੰ ਜਦੋਂ ਮਿਲੇ ਤੇ ਕਹਿਣ ਲੱਗੇ, ਅਸੀਂ ਸਾਰਾ ਦਿੱਲੀ ਸ਼ਹਿਰ ਵੇਖਣਾ ਹੈ। ਪਰ ਸੰਗਤਾਂ ਨੂੰ ਪਤਾ ਸੀ ਸਿੱਖ ਨੇ ਮੱਥੇ ਇੱਕ ਲੱਗਿਆ ਧਾਗਾ ਚਲਾਟੀ ਕਰਨਾ ਕਿ ਭਾਵਨਾ ਦੇ ਨਾਲ ਸੰਪੂਰਨਤਾ ਸਾਨੂੰ
ਸੀ ਸੀਧੇ ਦਸੀ ਮ੍ਰਿਤਕ ਹੋ ਗਏ। ਮ੍ਰਿਤਕ ਭਏ ਨਸੇ ਪਨ ਛੁੱਟੇ ਮਿੱਤਰ ਭਾਈ ਸਭ ਛੋਰੇ ਸਾਰੇ ਕਦੇ ਛੋਰੇ ਜਦੋਂ ਰਹਿ ਗਏ ਤਰ ਕਰਮ ਦੇ ਹੱਥ ਹੱਥ ਲੰਕ ਦੇ ਕਰ ਢੱਕ ਭਰੇ ਮ੍ਰਿਤਕ ਭਏ। ਮ੍ਰਿਤਕ ਕਹਿੰਦੇ ਮ੍ਰਿਤੂ ਹੋ ਗਈ, ਜਿਵੇਂ ਸਰੀਰ ਦੇ ਆਪਾਂ ਕੇਸ ਵਾਹੁਣੇ ਹੈ ਤੇ ਜਿਹੜੇ ਮ੍ਰਿਤੂ ਵਾਲ ਹੁੰਦੇ ਨੇ ਕੇਸ ਹੁੰਦੇ ਨੇ ਕੰਘੇ ਵਿੱਚ ਆ ਜਾਂਦੇ ਨੇ, ਉਹ ਜਦੋਂ ਨਿਕਲਦੇ ਨੇ ਪੀੜ ਨਹੀਂ ਲੱਗਦੀ। ਪਰ ਜਿਹੜੇ ਜੀਵਤ ਹੁੰਦੇ ਨੇ ਉਹ ਜੇ ਕਿਤੇ ਕੇਸ ਉਲਝੇ ਹੋਣ ਤੇ ਕੰਘੇ ਦਾ ਕੰਘਾ ਜਦੋਂ ਕਰਦੇ ਨੇ ਉਹ ਜਿਉਂਦੇ ਜੀ ਕੇਸ ਸਾਡੇ ਪੀੜਾ ਕਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਵੇਂ ਕਹਿੰਦੇ ਹੁਣ ਇਸ ਜੀਵ ਆਤਮਾ ਦੇ ਨਾਲੋਂ ਉਹ ਜਿਹੜੇ ਇੰਦਰੇ ਸਨ ਉਹ ਸਾਰੇ ਦਸੇ ਮ੍ਰਿਤਕ ਹੋ ਗਏ। ਮ੍ਰਿਤਕ ਭਏ ਦਸੇ ਬੰਦ ਛੁੱਟੇ ਮਿੱਤਰ ਭਾਈ ਸਭ ਛੋਰੇ। ਆਹ ਗੱਲ ਜਿੰਦੇ ਰੱਖੋ ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ। ਬਰਤਨ ਦਾਣਿਆਂ ਦਾ ਭਰ ਲਿਆ ਤੇ ਗਵਾਂਢੀਆਂ ਦੀ ਚੱਕੀ ਤੇ ਜਾ ਕੇ ਦਾਣੇ ਪੀਸ ਰਹੀ ਸੀ, ਪੀਂਦੀ ਪੀਂਦੀ ਉਹ ਦਾਣੇ ਕੋਲ ਚੱਪੀ ਗਈ ਤੇ ਜਦੋਂ ਉਹਨੇ ਆਟਾ ਪੀ ਲਿਆ ਤੇ ਸਿਰ ਤੇ ਬਰਤਨ ਰੱਖਿਆ ਤੁਰੀ ਆਉਂਦੀ ਹੁੰਦੀ। ਰਸਤੇ ਦੇ ਵਿੱਚ ਆਉਂਦੇ ਆਉਂਦੇ ਉਹ ਮਾਈ ਦਾ ਕਹਿੰਦੇ ਪੈਰ ਤਿਲਕ ਗਿਆ ਤੇ ਜਿਹੜਾ ਬਰਤਨ ਸੀ ਸਿਰ ਤੋਂ ਉਹ ਚਿੱਕੜ ਵਿੱਚ ਡਿੱਗ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਹਿੰਦੇ ਜਦੋਂ ਚਿੱਕੜ ਵਿੱਚ ਬਰਤਨ ਡਿੱਗ ਪਿਆ ਆਟਾ ਸਾਰਾ ਚਿੱਕੜ ਵਿੱਚ ਗਿਆ। ਹੁਣ ਪਸ਼ਚਾਤਾਪ ਵੀ ਕਰਦੀ ਹੈ ਵੀ ਮਿਹਨਤ ਇੰਨੇ ਦੇ, ਸ਼ੁਕਰਾਨਾ ਵੀ ਕਰਦੀ ਹੈ। ਆਖੋ ਸਤਨਾਮ ਸ਼ੁਕਰਾਨਾ ਕਦ ਕਰਦੀ ਹੈ ਸਮਝੇ ਸ਼ਾਰਾ ਕੁਛ ਸਮਝਾਇਆ ਵੀ ਜਿਹੜੇ ਦਾਣੇ ਮੈਂ ਚੱਕੀ ਪੀਂਦੀ ਪੀਂਦੀ ਨੇ ਚੱਪ ਲਏ ਅੱਜ ਮੇਰੇ ਨਾਲ ਉਹ ਨਿਭ ਗਏ। ਇਹ ਵੀ ਅਸੀਂ ਕਿਸੇ ਦੇ ਭੋਗਦੇ ਜਾਂਦੇ ਬੀਬੀ ਉਹ ਭੈਣੋ ਬਾਅਦ ਚ ਕਰ ਲਓ ਮੈਂ ਤੇ ਕਰਨ ਦਾ ਟਾਈਮ ਤੇ ਬੜੀ ਵੱਡੀ ਕਰਨੀ ਹੈ। ਇਸ ਤਰ੍ਹਾਂ ਦਾ ਬਾਪੂ ਰੌਣ ਕੀ ਹੱਸਣ ਖੇਡਣ ਹੋਣਾ ਕਿ ਜਿਹੜਾ ਅਸੀਂ ਉਹਨਾਂ ਨੂੰ ਨੇੜੇ ਹੋ ਕੇ ਜੀਵਨ ਵਿੱਚ ਵੇਖਿਆ। ਉਹਨਾਂ ਦੇ ਦੁੱਖ ਦੀ ਘੜੀ ਵੀ ਆਈ। ਸਰਦਾਰ ਬਲਦੇਵ ਸਿੰਘ ਜੀ ਬਾਬਾ ਜੀ ਦੇ ਜਿਹੜੇ ਛੋਟੇ ਪੁੱਤਰ ਸਨ ਉਹਨਾਂ ਦੇ ਘਰੋਂ ਬੀਬੀ ਜੀ ਵੀ ਗਲਤ ਲਾਣਾ ਕਰ ਗਈ, ਉਦੋਂ ਦੁੱਖ ਦੀ ਘੜੀ ਆਈ। ਪਰ ਉਹਨਾਂ ਨੇ ਜਦੋਂ ਵੀ ਵੇਖਣਾ ਉਤਰਿਆਂ ਦੇ ਨਾਲ ਪੜੋਤਿਆਂ ਦੇ ਨਾਲ ਹੱਸਦੇ ਤੇ ਖੇਡਦੇ ਰਹਿਣਾ। ਉਹਨਾਂ ਦੀ ਲੰਮੀ ਆਰਜ਼ਾ ਦਾ ਇੱਕ ਸ਼ੁਭ ਗੁਣਾ ਪਰ ਸੰਕੇਤ ਮਿਲਦਾ ਹੈ। ਸੁਨੇਹਾ ਲੈ ਕੇ ਜਾਇਓ ਅਸੀਂ ਕਿ ਇੰਨੇ ਕੁ ਹੱਟੀ ਹੋ ਜਾਂਦੇ ਹਾਂ ਬੱਚਿਆਂ ਨੂੰ ਬਸ ਜਦੋਂ ਵੀ ਵੇਖੋ ਡਾਂਟਦੇ ਰਹਿੰਦੇ ਹਾਂ ਵੀ ਸਾਡੇ ਮੁਤਾਬਕ ਬੱਚੇ ਜਨਮ ਅਸੀਂ ਨੇ ਬੱਚਿਆਂ ਦੇ ਮੁਤਾਬਕ ਨਾ। ਪਰ ਬਾਬਾ ਜੀ ਨੂੰ ਅਸੀਂ ਨੇੜੇ ਹੋ ਕੇ ਵੇਖਿਆ ਸੀ ਉਹਨਾਂ ਦਾ ਹਸਮੁਖ ਸੁਰਾ ਹਰੇਕ ਦਾ ਉਹਨਾਂ ਨੇ ਹਾਲ ਚਾਲ ਪੁੱਛਣਾ ਤੇ ਹਰੇਕ ਦੇ ਨਾਲ ਹੀ ਉਹ ਮਿੱਠਾ ਬੋਲਦੇ ਸਨ। ਇਹੀ ਪਰਿਵਾਰ ਨੂੰ ਸਿੱਧ ਮਿਲੇ ਤੇ ਆਪਾਂ ਵੀ ਇੱਥੋਂ ਕੁਛ ਲੈ ਕੇ ਚੱਲੀਏ। ਅੱਜ ਬੜਾ ਕੱਟ ਹੈ ਉਹਨਾਂ ਦੀ ਅੰਤਮ ਅਰਦਾਸ ਤੇ ਇਹੋ ਜਿਹੇ ਗੁਣਾਂ ਨੂੰ ਪੱਲੇ ਬੰਨ ਕੇ ਜਾਣਾ ਚਾਹੀਦਾ ਹੈ ਵੀ ਜੇ ਲੰਮੀ ਆਰਜ਼ਾ ਜਿਉਣ ਦਾ ਇੱਕੋ ਹੀ ਇੱਕ ਤਰੀਕਾ ਹੈ।
सरण गई कृपा
बापू जी
ਵਸਾਵਾ ਸਿੰਘ ਦੇ ਵੱਡੇ ਪੁੱਤਰ ਸਰਦਾਰਜੀਤ ਸਿੰਘ ਉਹ ਵੀ ਠੇਕੇਦਾਰੀ ਦਾ ਕੰਮ ਕਰਦੇ ਆ। ਸਰਦਾਰ ਦਰਸ਼ਨ ਸਿੰਘ ਠੇਕੇਦਾਰੀ ਦੇ ਨਾਲ ਸਮਾਜਿਕ ਕੰਮਾਂ ਵਿੱਚ ਵੀ ਅਤੇ ਸਿਆਸਤ ਦੇ ਵਿੱਚ ਵੀ ਪੂਰਾ। ਸਰਦਾਰਜੀਤ ਸਿੰਘ ਠੇਕੇਦਾਰ ਦੇ ਸਪੁੱਤਰ ਕੁਲਦੀਪ ਸਿੰਘ ਟੋਨੀ ਉਹ ਵੀ ਨਗਰ ਕੌਂਸਲ ਕੋਟਪੁਰਾ ਦੇ ਮਿਊਂਸਪਲ ਕੌਂਸਲਰ ਹੈ ਤੇ ਆਪਣੇ ਵਾਰਡ ਨੰਬਰ 12 ਦੀ ਵਿੱਚ ਵਿਕਾਸ ਅਤੇ ਸੇਵਾ ਕਰਦੇ ਹੈ। ਬਾਪੂ ਸਾਵਾ ਸਿੰਘ ਦੀ ਉਮਰ ਤਕਰੀਬਨ 100 ਸਾਲ ਦੇ ਨੇੜੇ ਸੀ ਪਰ ਬਾਪੂ ਵਸਾਵਾ ਸਿੰਘ ਦੀ ਮੌਤ ਸੰਖੇਪ ਦੀ ਬਿਮਾਰੀ ਦੇ ਨਾਲ ਹੋਈ। ਉਹਨਾਂ ਦੇ ਸਪੁੱਤਰਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ, ਉਹਨਾਂ ਦਾ ਇਲਾਜ ਵੀ ਕਰਾਇਆ। ਪਿਛਲੇ 2-2.5 ਸਾਲ ਤੋਂ ਉਹਨਾਂ ਦਾ ਹਾਰਟ ਕੰਮ ਘੱਟ ਕਰਦਾ ਸੀ ਪਰ ਫਿਰ ਵੀ ਦਵਾਈਆਂ ਦੇ ਆਸਰੇ ਉਹਨਾਂ ਨੇ ਪਰਮਾਤਮਾ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਇਸ ਦੁਨੀਆਂ ਤੋਂ ਚਲੇ ਗਏ। ਇਸ ਪਰਿਵਾਰ ਨੇ ਪ੍ਰੇਮ ਨਗਰ ਵਿਖੇ ਜੋ ਗੁਰੂ ਨਾਨਕ ਗੁਰਦੁਆਰਾ ਸਾਹਿਬ ਹੈ ਜੋ ਕਾਰ ਸੇਵਾ ਚੱਲ ਰਹੀ ਹੈ ਇਹਨਾਂ ਸਾਰੇ ਭਰਾਵਾਂ ਨੇ ਬਾਪੂ ਸਾਵਾ ਸਿੰਘ ਸੰਧੂ ਦੀ ਯਾਦ ਵਿੱਚ ਬਹੁਤ ਸੇਵਾ ਕੀਤੀ ਜਿਹਦੀ ਉਸਾਰੀ ਚੱਲ ਰਹੀ ਹੈ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਇਸ ਪਰਿਵਾਰ ਨੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਵਾਸਤੇ ਮਾਇਆ ਦਿੱਤੀ ਹੈ ਉਹ ਖਜ਼ਾਨੇ ਭਰਪੂਰ ਹੋਣ। ਅੱਜ ਦੇ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਬਹੁਤ ਹੀ ਪਤਵੰਤੇ ਸੱਜਣ ਪਹੁੰਚੇ ਹੈ। ਸਾਰਿਆਂ ਨੂੰ ਇੱਥੇ ਬੋਲਣ ਦਾ ਟਾਈਮ ਨਹੀਂ ਦਿੱਤਾ ਜਾਣਾ ਕਿਉਂਕਿ ਪਰਿਵਾਰ ਨੇ ਫੈਸਲਾ ਕੀਤਾ ਹੈ ਜੋ ਇਹ ਸ਼ਰਧਾਂਜਲੀ ਸਮਾਰੋਹ ਹੈ ਉਸ ਨੂੰ ਸੀਮਤ ਟਾਈਮ ਦੇ ਵਿੱਚ ਹੀ ਆਪਾਂ ਸਮਾਪਤ ਕਰਨਾ ਹੈ। ਸ਼੍ਰੀ ਰਾਮ ਪ੍ਰਕਾਸ਼ ਸ਼ਾਸਤਰੀ ਜੀ ਢੁੱਡੀ ਵਾਲੇ ਜਿਨ੍ਹਾਂ ਨੇ PhD ਕੀਤੀ ਹੋਈ ਹੈ ਉਹਨਾਂ ਨੇ ਸਿਰਫ 5 ਮਿੰਟ ਵਾਸਤੇ। ਸਰਦਾਰ ਜਗਿੰਦਰ ਸਿੰਘ ਜੀ ਸਾਬਕਾ MLA 5 ਲਾਈ ਉਹ ਵੀ ਹਾਜ਼ਰੀ ਲਾ ਕੇ ਗਏ ਹੈ। ਸਰਦਾਰ ਗੁਰਜੇਤ ਸਿੰਘ ਜੀ ਢਿੱਲੋਂ ਬਰਗਾੜੀ ਵਾਲੇ ਵੀ ਹਾਜ਼ਰੀ ਲਾ ਕੇ ਗਏ ਹੈ। ਸਰਦਾਰ ਕੁਲਦੀਪ ਸਿੰਘ ਜੀ ਸਰਪੰਚ ਕੋਠੇ ਵਾਲੇ, ਰਿਸ਼ਵਤ ਸਿੰਘ ਜੀ ਸੁਪਰਡੈਂਟ ਦਫ਼ਤਰ DCR ਫਰੀਦਕੋਟ, ਸਰਦਾਰ ਸ਼ੇਰ ਸਿੰਘ ਜੀ ਮੰਡ ਮੈਂਬਰ SGPC ਉਹ ਵੀ ਇੱਥੇ ਬੈਠੇ ਹੈ, ਸਰਦਾਰ ਬਲਦੇਵ ਸਿੰਘ ਜੀ ਸਾਬਕਾ ਸਰਪੰਚ ਸਿੱਖਾਂ ਵਾਲਾ, ਨਰਿੰਦਰ ਸਿੰਘ ਜੀ ਨਿੰਦਰਾ ਨਿੰਦਾ XMC, ਸਰਦਾਰ ਭੁਪਿੰਦਰ ਸਿੰਘ XMC, ਕ੍ਰਿਸ਼ਨ ਸਿੰਗਲਾ ਜੀ, ਚੌਧਰੀ ਹਰੀਕ੍ਰਿਸ਼ਨ ਜੀ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ, ਸ਼੍ਰੀ ਹਰਬੰਸ ਲਾਲ ਜੀ ਸ਼ਰਮਾ, ਸਰਦਾਰ ਦਰਸ਼ਨ ਸਿੰਘ ਜੀ ਸੰਘਾ, ਸ਼੍ਰੀਮਤੀ ਪਰਮਜੀਤ ਕੌਰ ਜੀ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਕੋਟਕਪੁਰਾ, ਸੁਖਦੇਵ ਸਿੰਘ ਸਾਬਕਾ ਸਰਪੰਚ ਮੱਤਾ, ਸੁਖਦੇਵ ਸਿੰਘ ਸੰਧੂ ਦੁਕਾਨ ਨੰਬਰ 17 ਸਮੂਹ ਗਰੁੱਪ,
सरदार गोपाल सिंह जी एक्सएमसी, सरदार कुलबीर सिंह मत्ता जिला मंडी अफसर, रामपाल जी बरगाड़ी नगर कौंसल कोटपुरा के समूह म्यूनसिपल कौंसलर, साबका कौंसलर केवल सिंह जी सोता प्रधान, एस सी वैन जिला फरीदकोट, चरणजीत सिंह जी साबका सरपंच कोठे थे वाले, सरदार जसपाल सिंह जी मौड़ साबका चेयरमैन मार्केट कमेटी कोट कपूरा, मेघराज जी शर्मा पत्रकार अजीत अखबार, सरदार जरनैल सिंह जी जेके पंप वाले, गुरमीत सिंह जी कंडा ठेकेदार सर, उधम सिंह एक्सएमसी, सरदार मगर सिंह जी फरीदकोट प्रेस क्लब तो, सरदार गुरतेज सिंह जी साबका प्रधान चेयरमैन मार्केट कमेटी कोटकपूरा, सरदार नवदीप सिंह जी बराड़ साबका चेयरमैन पीआरटीसी, माझा लखवंत सिंह जी बराड़ साबका चेयरमैन मार्केट कमेटी कोटकपूरा, सुखविंदर सिंह जी कोट सुखिया, बीबी मनजीत कौर जी लंगर, सरदार करतार सिंह सिखा वाला जो अजकल कनेडा में है, उन्होंने भी आपका संधु परिवार को ठेकेदार परिवार को शोक मता भेजे, होर भी बहुत शख्सियत इतने बैठी है जिन्हों का मैं नाम लेना भुल गया जाने अनजाने के विच, उन्हां तों ही मैं परिवार वालों भी ते अपने वालों भी माफी मांगदा है। हुण मैं महाराज जी दे विच आज मैं क्योंकि पिछले दिन प्रधान सभा से अपना बहुत खुशी किया कि प्रलोक सुधार गए हैं, क्योंकि यमुना मरना हो है पानिया में है इस संसार है कि जेड़ा फायदा होंदा वह गया है, वो पाना जोड़ा है कम फायदा है, उस दिन तावर इंसान अपने शुभ शुभ काम करता हो संसार में चार के पांच वक्त से चाहिए जो जीवात्मा है वह प्रोग्राम चल जाती है, इस करके भगवान की आज्ञा है लोग सुखिया प्रोग इस लोग के अपना परिवार जुड़ा है प्रोग जाते सारे प्रोग ही सुख पा सकता है, इसने इतने ही अपना सुख प्राप्त किया है, इस तरह करनी आवे कपड़ा करनी नोट पाओ इस जितना कपड़ा है एक कर्म फल है इंसान का कर्म फल है जो ईश्वर ने लिखा है परमात्मा ने काल पुरुष ने लिखा है कि उन्हीं के कपड़ा से रूपी सारे संसार में जाके अपना कर्म फल होता है, इस करके यह कौमी ना बचा पड़ा है क्योंकि असी अच्छे काम करते हुए इस संसार में जस प्राप्त करते हैं, जो व्यक्ति अपना जस छड़ जाता है अपने अच्छे पुत्रों को काबल बना के छड़ जाता है जहाँ अपने अच्छे संसार के अपना जस हूँ थोड़ा कीमती होती है उस व्यक्ति का उस संसार के जस में नाम रहा है नाम रहा, इस करके कोई इंसान अपने ही यत्न करता है ऐसे अच्छा अपना जस प्राप्त करते हैं, क्योंकि ठीक है बिरधा बिना साड़ा काम नहीं चलता, बिरधा इसी चीज कि सानू और सदा ही प्रदेश करते हैं पुत्रां वास्ते तो पिता सदा ही जाते होंगे चाहे वृद्ध हो चाहे वह मृत्यु हो जाए तब भी उनका आसरा होंगे, क्योंकि पिता का बहुत बड़ा आसरा होंगे पुत्रां में उन्होंने सत्या होंगे, ये सानू यही गल कहनी पैंदी है संसार के विच तुलसी पिता होंगे तो अपने अच्छे पुत्रां नू
जन्म दे के उन्होंने अच्छा जीवन बना के अपनी संसार यात्रा करी है। लोग गुजारते हैं क्योंकि कि उन्होंने परमात्मा गुरबाणी गुरु महाराज जी अपने चरणों के नवास देवे और सदा वास्ते उन्होंने सुखी रखे अपने सुखी बसे। इन्ना कह के मैं अपना विराम करता हाँ। सर्वे भवन्तु सुखिनः सर्वे सन्तु निरामया सर्वे भद्राणि पश्यन्तु मा कष्टकरो भावये। हरि ओम तत्सत्। नानक नाम जपते करवाते पाणी सिंह श्री गुरु ग्रंथ साहब महाराज की पवित्र हजूरी में विराजमान गुरु प्यारे साध संगत वाहगुरु जी का खालसा वाहगुरु जी की फतेह। क्योंकि आप सारे ही सरदार सावा सिंह जी संधु जो सू सदीव विछोड़ा दे गए उन्होंने श्रद्धा के फुल भेंट कर ली कदर हुए हैं। सारी संगत के नाल उन्होंने जीवनी बारे परिवार बारे साढ़े नगर कौंसल के प्रधान मोहन सिंह मत्ता जी स्टेट सैकटरी सर उन्होंने डिटेल में दसता पर बीबिया वाह जगदिया मिलिया नहीं लगदिया इस करके वह हमेशा मेलजोल कर रही है। मैं डिस्टर्ब नहीं करना चाहता। बापू जी चंकी उम्र भोग के गए हैं चंगे सलीका परिवार को देख गए हैं। परिवार ने बड़ी तरक्की की है हर खेत्र बिजनेस और सियासत समाजिक कामों के सच्चे पातशाह परमात्मा बापू जी ने अपने चरणों में निवास देवे परिवार उन्होंने दर्शन उत्ते चल के होर तरक्या करे तो पार्टी की इसी तरह सेवा करे। इन शब्दों मैं उन्होंने अपने वालों और श्रोमणी अकाली दल जिले का प्रधान होने के नाँ के उत्ते समुची जिले की टीम वालों श्रद्धा के फुल भेंट करता है। सरदार प्रकाश सिंह बादल सरपंच श्रोमणी अकाली दल और सरदार सुखबीर सिंह बादल प्रधान श्रोमणी अकाली दल और जिनी भी संगत आई है सारी संगत वालों भी उन्होंने श्रद्धा के फुल भेंट करता है। और बादल साहब परसों आप भी इतने परिवार न आकर दुख बढ़ा के गए इस घर आके सो सारी संगत का बहुत बहुत धन्यवाद। सारी संगत